ਆ ਤਾਂ ਚੋਰਾਂ ਨੇ ਸ਼ਰਮ ਹੀ ਲਾ ਦਿੱਤੀ। ਐਕਟਿਵਾ ਤੇ ਆਏ ਚੋਰ ਤੇ ਘਰ ਚੋਂ ਚੱਕ ਕੇ ਲੈ ਗਏ ਪਿਆਜ਼ ਦਾ ਥੈਲਾ। ਜੀ ਦੱਸਦੀ ਹੈ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ, ਜਿਸ ਦੇ ਵਿੱਚ ਹੁਣ ਚੋਰਾਂ ਦੇ ਨਿਸ਼ਾਨਿਆਂ ਤੇ ਸਬਜ਼ੀਆਂ ਵੀ ਨੇ। ਦੱਸਦੀ ਹੈ ਕਿ ਸਬਜ਼ੀਆਂ ਦੇ ਥੈਲਿਆਂ ਨੂੰ ਹੁਣ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਕ ਪਿਆਜ਼ ਦਾ ਥੈਲਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਪਿਆਜ਼ ਲੈਣ ਦੇ ਲਈ ਗਏ ਤਾਂ ਦੇਖਿਆ ਕਿ ਪਿਆਜ਼ ਦਾ ਥੈਲਾ ਆਪਣੀ ਜਗ੍ਹਾ ਤੇ ਨਹੀਂ ਸੀ ਪਿਆ। ਜਿਸ ਤੋਂ ਬਾਅਦ ਉਹਨਾਂ ਨੇ ਜਦੋਂ ਸੀਸੀਟੀਵੀ ਦੀ ਜਾਂਚ ਕੀਤੀ ਤਾਂ ਉਸ ਦੇ ਵਿੱਚ ਸਾਫ਼ ਹੋਇਆ ਕਿ ਇੱਕ ਐਕਟਿਵਾ ਤੇ ਆਏ ਦੋ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਘਟਨਾ ਦੀ ਹੁਣ ਸੀਸੀਟੀਵੀ ਵੀ ਸਾਹਮਣੇ ਆਈ ਹੈ ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਫੇਦ ਰੰਗ ਦੀ ਐਕਟਿਵਾ ਤੇ ਦੋ ਸ਼ਖਸ ਘੁੰਮਦੇ ਨਜ਼ਰ ਆ ਰਹੇ ਨੇ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹੀ ਚੋਰ ਨੇ ਜਿਨ੍ਹਾਂ ਦੇ ਵੱਲੋਂ ਪਿਆਜ਼ ਦੇ ਥੈਲੇ ਨੂੰ ਚੱਕਿਆ ਗਿਆ। ਇਹਨਾਂ ਦੇ ਵੱਲੋਂ ਪਹਿਲਾਂ ਤਾਂ ਅੱਗੇ ਨੂੰ ਲੰਘ ਜਾਂਦੇ ਨੇ, ਫਿਰ ਉਸ ਤੋਂ ਬਾਅਦ ਘਰ ਖੁੱਲ੍ਹਾ ਦੇਖ ਕੇ ਇੱਕ ਸ਼ਖਸ ਸਕੂਟੀ ਤੋਂ ਉਤਰ ਕੇ ਅੰਦਰ ਆਉਂਦਾ ਅਤੇ ਅੰਦਰ ਆ ਕੇ ਜਾਂਚ ਪੜਤਾਲ ਕਰਦਾ ਕਿ ਆਖਰ ਚੱਕਣ ਲਈ ਕਿਆ ਸਮਾਨ ਪਿਆ। ਪਰ ਜਦੋਂ ਉਸਨੂੰ ਕੁਝ ਵੀ ਘਰ ਦੇ ਅੰਦਰ ਨਹੀਂ ਦਿਖਦਾ ਤਾਂ ਉਹ ਪਿਆਜ਼ ਦਾ ਥੈਲਾ ਹੀ ਚੁੱਕ ਕੇ ਆਪਣੇ ਨਾਲ ਲੈ ਜਾਂਦੇ ਨੇ। ਤਾਂ ਮੋਹਾਲੀ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਹੁਣ ਚੋਰਾਂ ਦੇ ਨਿਸ਼ਾਨਿਆਂ ਤੇ ਫਲਾਂ ਸਬਜ਼ੀਆਂ ਦੇ ਥੈਲੇ ਨਜ਼ਰ ਆ ਰਹੇ ਨੇ। ਆ ਤਾਂ ਚੋਰਾਂ ਨੇ ਸ਼ਰਮ ਹੀ ਲਾ ਦਿੱਤੀ। ਐਕਟਿਵਾ ਤੇ ਆਏ ਚੋਰ ਤੇ ਘਰ ਚੋਂ ਚੱਕ ਕੇ ਲੈ ਗਏ ਪਿਆਜ਼ ਦਾ ਥੈਲਾ। ਜੀ ਦੱਸਦੀ ਹੈ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ, ਜਿਸ ਦੇ ਵਿੱਚ ਹੁਣ ਚੋਰਾਂ ਦੇ ਨਿਸ਼ਾਨਿਆਂ ਤੇ ਸਬਜ਼ੀਆਂ ਵੀ ਨੇ। ਦੱਸਦੀ ਹੈ ਕਿ ਸਬਜ਼ੀਆਂ ਦੇ ਥੈਲਿਆਂ ਨੂੰ ਹੁਣ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਕ ਪਿਆਜ਼ ਦਾ ਥੈਲਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਪਿਆਜ਼ ਲੈਣ ਦੇ ਲਈ ਗਏ ਤਾਂ ਦੇਖਿਆ ਕਿ ਪਿਆਜ਼ ਦਾ ਥੈਲਾ ਆਪਣੀ ਜਗ੍ਹਾ ਤੇ ਨਹੀਂ ਸੀ ਪਿਆ। ਜਿਸ ਤੋਂ ਬਾਅਦ ਉਹਨਾਂ ਨੇ ਜਦੋਂ ਸੀਸੀਟੀਵੀ ਦੀ ਜਾਂਚ ਕੀਤੀ ਤਾਂ ਉਸ ਦੇ ਵਿੱਚ ਸਾਫ਼ ਹੋਇਆ ਕਿ ਇੱਕ ਐਕਟਿਵਾ ਤੇ ਆਏ ਦੋ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਘਟਨਾ ਦੀ ਹੁਣ ਸੀਸੀਟੀਵੀ ਵੀ ਸਾਹਮਣੇ ਆਈ ਹੈ ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਫੇਦ ਰੰਗ ਦੀ ਐਕਟਿਵਾ ਤੇ ਦੋ ਸ਼ਖਸ ਘੁੰਮਦੇ ਨਜ਼ਰ ਆ ਰਹੇ ਨੇ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹੀ ਚੋਰ ਨੇ ਜਿਨ੍ਹਾਂ ਦੇ ਵੱਲੋਂ ਪਿਆਜ਼ ਦੇ ਥੈਲੇ ਨੂੰ ਚੱਕਿਆ ਗਿਆ। ਇਹਨਾਂ ਦੇ ਵੱਲੋਂ ਪਹਿਲਾਂ ਤਾਂ ਅੱਗੇ ਨੂੰ ਲੰਘ ਜਾਂਦੇ ਨੇ, ਫਿਰ ਉਸ ਤੋਂ ਬਾਅਦ ਘਰ ਖੁੱਲ੍ਹਾ ਦੇਖ ਕੇ ਇੱਕ ਸ਼ਖਸ ਸਕੂਟੀ ਤੋਂ ਉਤਰ ਕੇ ਅੰਦਰ ਆਉਂਦਾ ਅਤੇ ਅੰਦਰ ਆ ਕੇ ਜਾਂਚ ਪੜਤਾਲ ਕਰਦਾ ਕਿ ਆਖਰ ਚੱਕਣ ਲਈ ਕਿਆ ਸਮਾਨ ਪਿਆ। ਪਰ ਜਦੋਂ ਉਸਨੂੰ ਕੁਝ ਵੀ ਘਰ ਦੇ ਅੰਦਰ ਨਹੀਂ ਦਿਖਦਾ ਤਾਂ ਉਹ ਪਿਆਜ਼ ਦਾ ਥੈਲਾ ਹੀ ਚੁੱਕ ਕੇ ਆਪਣੇ ਨਾਲ ਲੈ ਜਾਂਦੇ ਨੇ। ਤਾਂ ਮੋਹਾਲੀ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਹੁਣ ਚੋਰਾਂ ਦੇ ਨਿਸ਼ਾਨਿਆਂ ਤੇ ਫਲਾਂ ਸਬਜ਼ੀਆਂ ਦੇ ਥੈਲੇ ਨਜ਼ਰ ਆ ਰਹੇ ਨੇ।